अदाकारी से रूना होगी हमारा ये बयान नहीं हो सकता। मर गया और तुर गई है तेरी ये जुतियां मार याद सारी उम्र नहीं जा रही। मैंने तो इंज लगता तू मेरे ब्याह वाले दिन मेरे मथे से सेवे बनने की बजाय 6 साल स्लीपर बन देगी। एक दिन जुतियां मार मार के मैंने जहर कर दिता। मेरे माला करीब मेरी बेबे पैरे नंगी फिरन की तौफीक अता फरमा। ਵਾਲੇ ਅੰਤ ਪਗਣ ਪਰੌਂਠੇ ਤੇ ਛੜਿਆਂ ਦੀ ਆਗਣਾ ਬੜੇ ਹਾਏ ਰਬਾ। ਓ ਬੇਬੇ ਓ ਬੇਬੇ ਬੇਬੇ ਆ ਗਮ ਚ ਖਲੋਤੀ ਕਿਧਰੇ ਜੇਬ ਤੇ ਨੀ ਕਟਵਾਈ। जाती है वो माँ दो गुस्सा कितनी है जाती है वो माँ फनकार है तो फान की खिदमत कर ले जा रहा है। तुम जैसा फनकार इधर बहुत आती है चलो इधर से जनाब साहब जी सलाम। मैं फकीर तो नहीं जी। वो तो सौकार है। मेरी अर्ज सुन लो। की गल आरजे वे कि अल्लाह ने तुहानू बड़ी इज्जत दिती है। फिर तू वापस लेना है? नहीं नहीं मतलब है कि साडे गरीबां दी दुआ ने तुसीं दिन ब दिन उत्ते उत्ते चढ़ते जा रहे हो उसने तुसीं कदम नहीं चढ़ सकते। मतलब ये जी आज चौकीदार नू कह के मैं स्टूडियो के अंदर जान दे। अंदर की जा करना जा जाके तेरे कुल्फियां बेच। चल गरीब का मजाक ना उड़ाओ। मैंने मां आइसक्रीम करन का बड़ा शौक है। की बनना चाहना? मैं भी कोई कौमक बन जाना मखौलियां करांगा। तू अंदर नहीं जा सकता। क्यों जी? और तू साडे गिड्डे च बैठ जाना। नहीं नहीं सरकार इजाजत दे दो अल्लाह के वास्ते तुहाडे पैरां नू हाथ ला दे। चलो खान साहब जी इहदे को पैसे ना लेना जान दो इहनां दा। अच्छा जी मैं लैन पुरो आया ते तेरी बड़ी मेहरबानी मैनू अंदर दराज छूटे बैठे दे ते ऐंदा फड़ बजा। नहीं नहीं डायरेक्टर साहब जा रहा कोई फाटू बजा ना जाए। यार मैं हुण तुहानू आया हां और मैनू नौकरी दा पता नहीं। ए मैं कहे सदे चौकीदार कौन है? मैं ਉਹ ਮੈਂ ਉੱਥੇ ਸੁਧੀਰ ਸਾਹਿਬ ਨੂੰ ਵੇਖਿਆ ਤੇ ਦਰਦ ਦਿੰਦੇ ਨੇ। ਮੇਰਾ ਖਿਆਲ ਹੈ ਤੇਰੀ ਕਿਸੇ ਸ਼ਿਕਾਇਤ ਨਾ ਆਈ ਹੈ ਤੇ ਛੇਕਰੇ ਜਾ ਨੌਕਰੀ ਚ ਬਾਬਾ ਹੋ ਜਾਏਗਾ ਜੀ। ਸੁਧੀਰ ਸਾਹਿਬ ਮਿਲ ਜਾਂਦੇ ਫਿਰ ਤੇਰੀ? ਆਹੋ ਲੱਗ ਤੂੰ ਇੱਥੇ ਖਲੋ ਤੇ ਮੈਂ ਚੱਲੀ ਅੰਦਰ ਰੱਖਣ ਜਾ ਰਹੀ। ਉਹ ਨਹੀਂ ਜਾਣ ਦਿੰਦਾ ਬਾਬਾ। ਵੇਖੋ ਹੁਣ ਦਰਵਾਜ਼ੇ ਅੱਗੇ ਮੈਂ ਖਲੋਤਾ ਜੀ ਤੇ ਕੋਈ ਜ਼ਰੂਰਤ ਨਾ ਕਰੇ ਅੰਦਰ ਆਉਣ ਦੀ ਤੇ ਨਾ ਕਿਸੇ ਨੂੰ ਆਉਣ ਦੇਣਾ। ਮੈਂ ਜਰਾ ਚੱਲਿਆ ਮੈਨੂੰ ਕੰਮ ਹੈ ਜ਼ਰੂਰੀ ਪਰ ਉਹ ਖਲੋ। ਅਸਲਾਮ ਵਾਲੇਕੁਮ ਜੀ ਕੀ ਨਾਂ ਲਈਦਾ? ਵਾਲੇਕੁਮ ਅਸਲਾਮ। ਬਾਹਰ ਤੂੰ ਬੋਲ ਰਿਹਾ ਸੀ? ਆਹੋ ਜੀ ਮੈਂ ਹੀ ਹਾਂ ਉਹ ਸੋਨਾ ਜਿਹੜਾ ਭੱਖ ਦੀ ਭੱਠੀ ਚ ਪਾਇਆ ਕਿਤੇ ਕੁੰਦਨ ਬਣਨਾ ਚਾਹੁੰਦਾ ਹੈ। ਪਹਿਲੇ ਤੂਨੇ ਕਹੀਂ ਕੰਮ ਕੀਆ? ਆਹੋ ਜੀ ਬੀਕੋ ਕੰਪਨੀ ਚ। ਬੀਕੋ ਕੰਪਨੀ? ਉਹ ਜੀ ਮੇਰਾ ਮਤਲਬ ਇਹ ਹੈ ਸਾਹਿਬ ਜੀ ਵੇਖੋ ਨਾ ਮੈਂ ਪਹਿਲੇ ਫਿਲਮਾਂ ਚ ਕੰਮ ਕੀਤਾ ਹੁੰਦਾ ਤੇ ਮੇਰੇ ਬੂਹੇ ਤੇ ਤੁਹਾਨੂੰ ਕੋਈ ਰੋਕਦਾ ਤੁਹਾਡਾ ਚਪੜਾਸੀ ਮੈਨੂੰ ਰਾਜ ਨਾ ਰੋਕ ਲੈਂਦਾ। ਕਾਕਾ ਫਿਲਮਾਂ ਚ ਕੰਮ ਕਰਨਾ ਬੜਾ ਮੁਸ਼ਕਿਲ ਤੇ ਔਖਾ ਕੰਮ ਹੈ। ਦੀਵਾਨੇ ਲਈ ਕੋਈ ਚੀਜ਼ ਮੁਸ਼ਕਿਲ ਨਹੀਂ। ਦੀਵਾਨੇ ਲਈ ਹਰ ਚੀਜ਼ ਆਸਾਨ ਹੋ ਜਾਂਦੀ ਹਰ ਮੁਸ਼ਕਿਲ ਆਸਾਨ ਹੋ ਜਾਂਦੀ ਹੈ। ਮਲਿਕ ਸਾਹਿਬ ਫਨ ਮੇਰੀ ਜ਼ਿੰਦਗੀ ਬਣ ਚੁੱਕੀ ਹੈ ਮੇਰਾ ਸਾਸਾ ਬਣ ਚੁੱਕਾ ਹੈ।
ਮੇਰਾ ਤਕੀਆ ਬਣ ਚੁੱਕਾ, ਮੇਰਾ ਸਰਾਣਾ ਬਣ ਚੁੱਕਾ। ਲੋ ਹੁਣ ਤੇਰਾ ਮੁਲਾਜ਼ਾ ਫਰਮਾਓ ਕਿ ਬਈ ਫਿਲਮ ਦੀ ਹੀਰੋਇਨ ਕਿਵੇਂ ਬੋਲਦੀ ਹੈ, ਹੀਰੋ ਕਿਵੇਂ ਬੋਲਦਾ, ਉਹਦਾ ਪਿਓ ਕਿਵੇਂ ਕੂਦਾ ਤੇ ਹੀਰੋ ਕਿਵੇਂ ਬੋਲਦਾ। ਲੋ ਜਰਾ ਮੁਲਾਜ਼ਾ ਫਰਮਾਓ। ਹੈ ਜੀ ਹਾਂਜੀ। ਕੌਣ ਹੈ ਬਾਹਰ? ਬਗੈਰ ਤਾਂ ਬੇਸ਼ਰਮਾ ਬੇਹਯਾਵਾ ਕੁੱਤਿਆ, ਤੂੰ ਮੇਰਾ ਸਾਰਾ ਕਮਾਲ ਚੂਪ ਗਿਆ। ਲੋਕੀ ਤੈਨੂੰ ਬਾਹਰ ਲਾ ਕਹਿੰਦੇ ਨੇ, ਤੂੰ ਅੰਦਰ ਆਉਣ ਦੀ ਜ਼ਰੂਰਤ ਕਿਵੇਂ ਕੀਤੀ? ਹੋਏ ਜਾ, ਮੇਰੀਆਂ ਅੱਖਾਂ ਬੜਾ ਦੂਰ ਹੋ ਜਾ ਕਮੀਨਿਆ। ਮੈਂ ਸਵੇਰੇ ਤੇਰੀਆਂ ਅੱਖਾਂ ਦੇ ਵਿੱਚੋਂ ਕੁੱਕਰੇ ਨਹੀਂ ਕੱਢ ਸਕੀ, ਤੇਰੇ ਵਾਲਾਂ ਨੂੰ ਵਸਮਾ ਨਹੀਂ ਲਾ ਸਕੀ। ਇਹ ਮੇਰੀ ਭੁੱਲ, ਇਹ ਜਵਾਨੀ ਦੀ ਭੁੱਲ, ਮੈਨੂੰ ਮਾਫ ਕਰ ਦੇ ਬੇਟਾ। ਯਾਨੀ ਬੇੜਾ ਗਰਕ ਹੋਵੇ ਜਾਂ ਖਾਨਾ ਖਰਾਬੇ, ਤੇਰਾ ਕੱਖ ਨਾ ਰਵੇ, ਤੂੰ ਮੇਰੀ ਜ਼ਿੰਦਗੀ ਨੂੰ ਲਾ ਦਿੱਤੀ। ਨਹੀਂ ਮੈਨੂੰ ਕਿਧਰੇ ਮੂੰਹ ਦਿਖਾ ਦੋ ਕਦੇ ਨੂੰ ਛੱਡਿਆ, ਨਹੀਂ ਜਵਾਨੀ ਮੇਰੇ ਤੇ ਵੀ ਆਏ ਸੀ ਖਸਮਾ ਖਾਉਣ। ਮੈਂ ਤੇਰੇ ਪਿਓ ਨੂੰ ਮਿਲਣ ਜਾਣੀ ਸਭ ਤੇ ਅੱਧੇ ਘੰਟੇ ਬਾਅਦ ਵਾਪਸ ਆ ਜਾਣੀ। ਬਸ ਗੱਲ ਕਰ, ਮੈਂ ਤੈਨੂੰ ਨਹੀਂ ਛੱਡਣਾ ਬੇਹਯਾਤ ਕਮੀਨੀ ਹੈ, ਮੈਂ ਤੇਰੇ ਸਿਰ ਤੇ ਕੋ ਵਾਲ ਨਹੀਂ ਛੱਡਣਾ, ਮੈਂ ਤੈਨੂੰ ਗੱਲੀਆਂ ਕਰਦਾਂਗੀ ਕਮੀਨੀ ਹੈ ਛੋਦੀਏ। ਓ ਛੱਡ ਦੇ ਭਾਗ ਭਰੀਏ ਇਹਨੂੰ, ਮੈਂ ਪਹਿਲਾਂ ਮਾਰੂ ਕਮੀਨਿਆਂ ਕੁੱਤਿਆ, ਤੂੰ ਕੁੜੀ ਦੀਆਂ ਆਦਤਾਂ ਖਰਾਬ ਕੀਤੀਆਂ। ਹਾਂ ਹਾਂ ਮਰ ਜਾ, ਤੇਰਾ ਬੇੜਾ ਘਰ ਹੋਵੇ ਕਮੀਨਿਆਂ। ਰੇਸ਼ਮ, ਜਦਕਿ ਤੂੰ ਮੈਨੂੰ ਨਹੀਂ ਮਿਲਣਾ ਤੇ ਇਸ ਖੱਦਰ ਦੀ ਤਬੀਅਤ ਖਰਾਬ ਤੂੰ ਕਿਉਂ ਕੀਤੀ? ਜਵਾਬ ਦੇ, ਸਭ ਕਿਉਂ ਸੁਣ ਗਿਆ ਤੈਨੂੰ? ਤੂੰ ਮੈਨੂੰ ਕਿਹਾ ਸੀ ਮੈਂ ਖੂਹ ਤੇ ਆਵਾਂਗੀ, ਤੇਲੀ ਮੱਖਣ ਲੈ ਕੇ ਆਵਾਂਗੀ, ਗੰਦਾ ਦਾ ਸਾਗ ਲੈ ਕੇ ਆਵਾਂਗੀ, ਅਗਰ ਇਹ ਚੀਜ਼ਾਂ ਨਹੀਂ ਮਿਲੀਆਂ ਤੇ ਛੋਲੇ ਦਾਲ ਨੂੰ ਤੜਕਾ ਲਾ ਲਿਆਂਦੀ। ਮੈਂ ਸਾਰਾ ਦਿਨ ਉੱਥੇ ਤੜਫਦਾ ਰਿਹਾ, ਲੇਕਿਨ ਫਿਰ ਵੀ ਤੂੰ ਆ ਗਈ ਹੈ ਤੇ ਸਭ ਕੁਝ ਆ ਗਿਆ। ਰੇਸ਼ਮ, ਰੇਸ਼ਮ, ਮਾਫ ਕਰਨਾ, ਮੈਂ ਤੇਰਾ ਜਜ਼ਬਾਤੀ ਜ਼ਿਆਦਾ ਹੋ ਗਿਆ ਸਾ। ਲਓ ਜੀ ਸਾਹਿਬ ਜੀ, ਹੁਣ ਜਾਣਿਸ਼ ਵੇਖੋ ਜ਼ਰਾ, ਇਹ ਮਾਸਟਰ ਜੀ ਜ਼ਰਾ ਮੇਰੇ ਤੇ ਭਜਾਓ, ਪਰ ਨਹੀਂ ਮੈਂ ਆਪੇ ਭਜਾਵਾਂਗਾ। ਇਹ ਵੇਖੋ ਜੀ, ਕ੍ਰਿਕਟ ਧਨ, ਕ੍ਰਿਕਟ ਧਨ, ਕ੍ਰਿਕਟ ਦਾ ਗੱਡ ਦਾ ਕ੍ਰਿਕਟ ਥਾ ਕਾ ਕਤਾ ਕ੍ਰਿਕਟ ਦਾ ਤੂੰ ਕਦੰਗ, ਕ੍ਰਿਕਟ ਦਾ ਤੂੰ ਕਦੰਗ, ਕ੍ਰਿਕਟ ਦਾ ਤੂੰ ਤਾ ਕ੍ਰਿਕਟ ਦਿਨ। ਲਓ ਜੀ ਇਹ ਤੇ ਜਾਣਿਸ਼ ਹੋ ਗਿਆ, ਹੁਣ ਗਾਣਾ ਬੁਲਾਇਆ ਫਰਮਾਓ। ਬਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ ਮੈਂ ਛਣਕਾਇਆ ਬੰਗਾਂ, ਸ਼ਿਕਰ ਦੁਪਹਿਰ ਪਿਪਲੀ ਦੇ ਥੱਲੇ ਅਗਰ ਰੱਜ ਕੇ ਮੈਂ ਵੇਖ ਲਵਾਂ, ਰੱਜ ਕੇ ਸੁਣਦਾ ਤੂੰ ਮੇਰੇ ਜਾਨੀਓ। ਜਾ ਯਾਰ, ਤੁਸੀਂ ਤੇ ਮੇਰਾ ਦਿਲ ਹੀ ਤੋੜ ਦਿੱਤਾ। ਮੈਨੂੰ ਪਤਾ ਹੁੰਦਾ ਕਿ ਤੌੜੀਆਂ ਮਾਰ ਕੇ ਤੁਸੀਂ ਮੇਰਾ ਮਜ਼ਾਕ ਉਡਾਉਣਾ ਤੇ ਰੱਬ ਦੀ ਸੋ ਮੈਂ ਐਡੀ ਮਿਹਨਤ ਹੀ ਨਾ ਕਰਦਾ। ਨਹੀਂ ਨਹੀਂ, ਇਹ ਗੱਲ ਨਹੀਂ ਸ਼ਾਹੀ, ਇਹਦੀ ਲਗਨ ਤੇ ਫਨ ਨਾਲ ਮੁਹੱਬਤ ਦਾ ਕਰਦੀ ਕੇ ਇੱਕ ਦਿਨ ਬੜਾ ਵੱਡਾ ਫਨਕਾਰ ਬਣੇਗਾ। ਇਹਨੂੰ ਆਪਣੀ ਫਿਲਮ ਵਿੱਚ ਕੰਮ ਦੇ ਕੇ ਇਹਦਾ ਸ਼ੌਕ ਪੂਰਾ ਕਰ ਦਿਓ। ਜ਼ਰੂਰ ਜ਼ਰੂਰ। ਕਾਕਾ ਤੇਰਾ ਪਤਾ ਕੀ ਹੈ? ਉਹ ਜੀ ਮੈਂ ਅੱਜ ਕੱਲ੍ਹ ਸਾਹਿਬ ਜੀ ਲਾ ਪਤਾ ਹੀ ਹਾਂ। ਮੇਰਾ ਮਤਲਬ ਕੋਈ ਥਾਂ ਟਿਕਾਣਾ? ਉਹ ਕੀ ਦੱਸਾਂ ਸਾਹਿਬ ਜੀ, ਸ਼ਾਮ ਨੂੰ ਹੱਟੀਆਂ ਬੰਦ ਹੋ ਜਾਂਦੀ ਤੇ ਮੈਂ ਫੱਟਿਆਂ ਤੇ ਸੌ ਜਾਂਦਾ। ਅੱਛਾ ਅੱਛਾ, ਸਮਝਿਆ। ਬੁਝੀ ਖਾਨ, ਪ੍ਰੋਡਕਸ਼ਨ ਦੀ ਕੋਠੀ 'ਚ ਇਹਨੂੰ ਰਹਿਣ ਲਈ ਕਮਰਾ ਦੇ ਦਿਓ। ਠੀਕ ਹੈ ਸਾਹਿਬ ਜੀ। ਤੇ ਮੈਂ ਕਿਹਾ ਜੀ ਇਹ ਕਿੱਥੇ ਰਹਿੰਦਾ? ਉਹ ਜਿਗਰ ਹੁਣ ਤੈਨੂੰ ਸਾਡੇ ਨਾਲ ਰਹਿਣਾ ਪੈਣਾ। ਉਹ ਇਹਦੇ ਨਾਲੋਂ ਮੈਂ ਦੋ ਚਾਰ ਦਿਨ ਅੰਦਰ ਰਹਿ ਆਵਾਂਗਾ, ਇਹਦੇ ਨਾਲ ਨਹੀਂ ਰਹਾਂਗਾ। ਉਹ ਕਿਉਂ? ਉਹ ਸਾਰੇ ਉੱਧਰ ਗੌਰ ਤੇ ਕਰੋ,
ਇਹ ਸ਼ਕਲੋਂ ਮੈਨੂੰ ਬਰਦਾ ਫਰੋਸ਼ ਲੱਗਦਾ। ਉਹਨਾਂ ਅਮਰਜੀਤ ਸਿੰਘ ਤੁਸੀਂ ਮੈਨੂੰ ਫਿਲਮ 'ਚ ਕੰਮ ਦਿਓ, ਮੇਰੀ ਸ਼ੂਟਿੰਗ ਰੱਖਦੇ ਹੋ ਤੇ ਇਹ ਮੈਨੂੰ ਲੰਡੀ ਕੋਤਲ ਜਾ ਕੇ ਵੇਚ ਆਏ। ਨਹੀਂ ਨਹੀਂ ਇਹ ਗੱਲ ਨਹੀਂ, ਇਹ ਸ਼ਕਲੋਂ ਖਤਰਨਾਕ ਜ਼ਰੂਰ ਲੱਗਦਾ ਪਰ ਦਿਲ ਦਾ ਭੈੜਾ ਨਹੀਂ। ਸਾਹਿਬ ਜੀ ਜਿਹਦੀ ਸ਼ਕਲ ਭੈੜੀ ਉਹਦਾ ਦਿਲ ਕਿੱਥੋਂ ਚੰਗਾ ਹੋਣਾ ਹੈ। ਬਹਰਾਲ ਤੁਸੀਂ ਕਹਿੰਦੇ ਹੋ ਤੇ ਇਨਸਾਨ ਕੀ ਕੁੱਤਿਆਂ ਬਿੱਲੀਆਂ ਨਾਲ ਵੀ ਗੁਜ਼ਾਰਾ ਕਰਨਾ ਪਏਗਾ। ਲੈ ਵੀ ਚੱਲ ਵੀ ਚੱਲੀਏ, ਆ ਜਾ ਚਲੋ ਜੀ ਚਲੋ। ਹਾਂ ਡੱਬੂ ਸਲਾਮ ਅਲੈਕੁਮ। ਮੈਂ ਕਹਿੰਦੀ ਆ ਨਾ ਛੱਡ ਹਾਤਲੀ ਉਹ ਚੀਖ ਦੀ ਆਵਾਜ਼ ਕਿਤੇ ਕਮਰੇ ਚ ਤੇਜ ਗਾਮ ਤੇਰੀ ਆਵੜੀ ਜਿਹੜੇ ਹਊ ਭੂਰੀਆ ਫੇਰ ਚੀਖ ਦੀ ਆਵਾਜ਼ ਮੇਰੇ ਖਿਆਲ ਕੋਈ ਗੱਲ ਖਤਰਨਾਕ ਚੱਲ ਹਾਂ ਪਤਾ ਕਰ ਚੱਲ ਚੁੱਪ ਕਰਕੇ ਆਪਣਾ ਮੇਰੇ ਹਵਾਲੇ ਕਰ ਦੇ ਤੇਰੀ ਚੀਕਾਂ ਦੀ ਆਵਾਜ਼ ਇੱਥੋਂ ਬਾਹਰ ਨਹੀਂ ਜਾ ਸਕਦੀ। ਉਹ ਉਸਤਾਦ ਤ੍ਰਿਕੋਣਾ ਕੁਮਾਰ ਉਹ ਕਿਹੜੀ ਫਿਲਮ ਦੀ ਸ਼ੂਟਿੰਗ ਦਾ ਕਰਨਾ ਹੈ ਇਹ ਮੇਰੀ ਇੱਥੇ ਟੁੱਟਣਾ ਚਾਹੁੰਦਾ ਹੈ। ਉਹਨੇ ਇੱਥੋਂ ਚਲਾ ਲਿਆ ਨਹੀਂ ਤਾਂ ਟੋਟੇ ਕਰਦੇ ਨਹੀਂ। ਆਹੋ ਆਹੋ ਉਹ ਤੂੰ ਟੋਟੇ ਕਰ ਸਕਣਾ ਕਿਆ ਕਸਾਈ ਦੀ ਮੁੱਢੀ ਵਰਗਾ ਮੂੰਹ ਹੈ ਤੇਰਾ। ਇਹ ਤੇ ਉਹੋ ਹੀ ਜਿਹਨੇ ਮੇਰੀ ਬੇਬੇ ਨੂੰ ਆਖਿਆ ਸੀ ਮੈਂ ਤੇਰੇ ਪੁੱਤ ਦੇ ਘਰ ਨਹੀਂ ਵਸਣਾ। ਹੁਣ ਤੂੰ ਵੇਖੀ ਬੇਬੇ